ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮੁ ਅਲੈਕੁਮ ਜੀ ਤੇ YouTube ਚੈਨਲ ਲਈ ਆ ਟਰੈਕਟਰ ਸਾਰੇ ਦੋਸਤਾਂ ਨੂੰ ਵੈਲਕਮ ਦੋਸਤੋ ਫਾਰ ਸੇਲ ਟਰੈਕਟਰ ਹੈ ਜੀ MF 385 ਮਾਡਲ ਹੈ ਜੀ 2004 ਪ੍ਰਕਨਿੰਜਨ ਜੀ ਦੋਸਤੋ ਟਰੈਕਟਰ ਹੈ ਮਨਾਸਬ ਡਿਮਾਂਡ ਦਾ ਟਰੈਕਟਰ ਹੈ ਅਸੀਂ ਇਸ ਦਾ ਰਿਵਿਊ ਕਰ ਰਹੇ ਹਾਂ ਜਿਹੜੇ ਦੋਸਤ ਚੈਨਲ ਤੇ ਨਵੇਂ ਆਏ ਰਿਕੁਐਸਟ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਔਰ ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲੈਣ ਤਾਂ ਕਿ ਸਾਰੀ ਇਨਫਾਰਮੇਸ਼ਨ ਉਹਨਾਂ ਤੱਕ ਪਹੁੰਚ ਆਣੀ ਕੋਈ ਦੀ ਰਵੇ ਦੋਸਤੋ ਸਾਰੀ ਇਨਫਾਰਮੇਸ਼ਨ ਨੂੰ ਦੇਖ ਲੈਣਾ ਤਾਂ ਕਿ ਕੋਈ ਕਮੈਂਟਸ ਸਵਾਲ ਕਰਨ ਦੀ ਕੰਝਿਸ਼ ਬਾਕੀ ਨਾ ਰਵੇ ਰੱਪਤਾ ਨੰਬਰ ਕੰਡੀਸ਼ਨ ਲੋਕੇਸ਼ਨ ਬਾਰੇ ਦੱਸਾਂਗੇ 85 ਹਸ ਪਾਵਰ ਹੈ ਦੋਸਤੋ ਐਮ ਐਫ 385 ਪਰਕਨ ਇੰਜਨ ਟਾਇਰਾਂ ਦੀ ਕੰਡੀਸ਼ਨ ਤੁਸੀਂ ਦੇਖ ਲਓ ਅਪਾਲੋ ਕੰਪਨੀ ਦੇ ਟਾਇਰ ਐਂਡ ਟਰੈਕਟਰ ਨੂੰ ਔਰ ਇਹਨਾਂ ਦੀ ਜਿਹੜੀ ਕੰਡੀਸ਼ਨ ਹੈ ਤਕਰੀਬਨ 7-6 ਸਾਲ ਨੇ ਦੇ ਲੱਗ ਬਗਾ ਹੈ ਇਹ ਬਾਕੀ ਤੁਸੀਂ ਬੈਕ ਹਿੱਸਾ ਦੇਖ ਲਓ ਸ਼ੋ ਪੇਟੀ ਸ਼ੋ ਟਰੈਕਟਰ ਤੁਸੀਂ ਇਹ ਦੇਖ ਲਓ ਜੀ ਬਖੂਬੀ ਜਨੂਨ ਹੈ ਮਾਲਕ ਦਾ ਕਹਿਣਾ ਜੀ ਸ਼ੋ ਦੇ ਵਿੱਚ ਫਰੰਟ ਪੱਲੇ ਜਿਹੜੇ ਕੁਝ ਟੱਚੰਗੇ ਬਾਕੀ ਜਨੂਨ ਨੇ ਇਹ ਛੱਤ ਲੱਗੀ ਹੋਈ ਹੈ ਇਹ ਟਰੈਕਟਰ ਦੇ ਨਾਲ ਹੋਏਗੀ ਜੀ ਔਰ ਬੈਕ ਦੇ ਉੱਤੇ ਡਰੋਬਾਰ ਹੈ ਉਹ ਵੀ ਨਾਲ ਹੋਏਗੀ ਅਗਲੇ ਟਾਇਰਾਂ ਦੀ ਜਿਹੜੀ ਕੰਡੀਸ਼ਨ ਹੈ 4-5 ਅੰਨੇ ਦੇ ਲਗਭਗ ਹੈ ਔਰ ਪਿਛਲੇ ਟਾਇਰ ਜਿਹੜੇ ਤਕਰੀਬਨ 6-7 ਅੰਨੇ ਦੇ ਲਗਭਗ ਹੈ ਪੀਟੀ ਕਲਰ ਟਰੈਕਟਰ ਜੈਨੂਅਰ ਹੈ ਦੋਸਤੋ ਇੰਜਨ ਪੰਪ ਟਰੈਕਟਰ ਦਾ ਬਿਲਕੁਲ ਪੂਰਾ ਹੈ ਮਾਲਕ ਦੇ ਬਕਾਲ ਜੀ ਵਲੈਤੀ ਰੰਗ ਸਟੈਂਡਰਡ ਤੇ ਦਸੀ ਗਈ ਆ ਲੇਕਿਨ ਅਸੀਂ ਖੋਲ ਕੇ ਚੱਕ ਨਹੀਂ ਕੀਤੀ ਲੇਕਿਨ ਮਾਲਕਾਂ ਦਾ ਕਹਿਣਾ ਜੀ ਪਿੱਛੋਂ ਸਾਨੂੰ ਵਲੈਤੀ ਹੀ ਦੱਸਿਆ ਗਿਆ ਰਿਮਾਂ ਦੀ ਕੰਡੀਸ਼ਨ ਦੇਖ ਲਓ ਦੋਸਤੋ ਸੈਲਫ ਸਟਾਰਟ ਟਰੈਕਟਰ ਮਿਲੇਗਾ ਦੋਸਤੋ ਐ ਸੀਟ ਦੇਖ ਲਓ ਨੰਬਰ ਜਿਹੜਾ ਹੈ ਜੀ ਟਰੈਕਟਰ ਨੂੰ ਲੱਗਿਆ ਹੋਇਆ ਗੁਜਰਾਤ ਪੰਜਾਬ ਦਾ ਨੰਬਰ ਲੱਗਾ ਹੋਇਆ ਇਸ ਨੂੰ ਬਾਕੀ ਇੰਜਨ ਪੰਪ ਪੂਰਾ ਹੈ ਵਲੈਟਿਕ ਰੰਗ ਸਟੈਂਡਰਡ ਤੇ ਹੈ ਗੇਅਰ ਹਿੱਸੇ ਦਾ ਪੈਕ ਹਿੱਸੇ ਦਾ ਟਰੈਕਟਰ ਬਿਲਕੁਲ ਫਿੱਟ ਹੈ ਵਰਕਿੰਗ ਪੋਜੀਸ਼ਨ ਦੇ ਵਿੱਚ ਇਹ ਟਰੈਕਟਰ ਖੜਾ ਨਹੀਂ ਹੈ ਟਰੈਕਟਰ ਦੀ ਦੋਸਤੋ ਜਿਹੜੀ ਲੋਕੇਸ਼ਨ ਹੈ ਪਿੰਡੀ ਭਟੀਆਂ ਹਾਫਜ਼ਾਬਾਦ ਏਰੀਆ ਦੇ ਵਿੱਚ ਹੈ ਔਰ ਇਹ ਰਿਮਾਂ ਦੀ ਕੰਡੀਸ਼ਨ ਦੇਖ ਲਓ ਤੁਸੀਂ ਰੂਪਾਂ ਵਗੈਰਾ ਨੱਕੇ ਵਗੈਰਾ ਹਾਂਡਾ ਬੇਦਾਗ ਹੈ ਬਿਲਕੁਲ ਜੀ। ਔਰ ਮੈਕੈਨਿਕਲੀ ਟਰੈਕਟਰ ਬਿਲਕੁਲ ਫਿੱਟ ਹੈ ਬੇਆਵਾਜ਼ ਹੈ। ਇਹ ਦੂਸਰਾ ਰਮੀ ਤੁਸੀਂ ਦੇਖ ਲਓ। ਟਾਇਰਾਂ ਦੀ ਕੰਪਨੀ ਪਾਲੋ ਹੈ ਜੀ। ਬਾਕੀ ਇਹ ਸ਼ੋ ਪੇਟਿਸ਼ੋ ਦੇਖ ਸਕਦੇ ਹੋ। ਜੀ ਦੋਸਤੋ ਅਗਰ ਡਿਮਾਂਡ ਦੀ ਗੱਲ ਕਰੀਏ ਤਾਂ ਮਾਲਕ ਦੀ ਡਿਮਾਂਡ ਹੈ ਜੀ 11,60,000 11,60,000 ਡਿਮਾਂਡ ਹੈ ਜੀ। ਮੌਕੇ ਤੇ ਕੁਛ ਕਮੀ ਬੇਸ਼ੀ ਹੋ ਜਾਏਗੀ ਫਿਰ ਜਿਹੜਾ ਕੋਈ ਸੱਜਣ ਬੇਲੀ ਇੰਟਰਸਟਡ ਹੋਵੇ ਰਾਪਤਾ ਨੰਬਰ ਦੋਸਤੋ ਡਿਸਕ੍ਰਿਪਸ਼ਨ ਚ ਮਿਲ ਜਾਏਗਾ ਤਾਂ ਤੁਸੀਂ ਮਾਲਕ ਦੇ ਨਾਲ ਡੀਲ ਮਾਰ ਸਕਦੇ ਹੋ ਚਾਰ ਮਾਡਲ ਹੈ ਦੋਸਤੋ 385 ਤਾਂ ਇਨਫਾਰਮੇਸ਼ਨ ਐਮਐਫ 385 ਚਾਰ ਮਾਡਲ ਬਾਰੇ ਅੱਛੀ ਲੱਗੀ ਹੋਏ ਤਾਂ ਦੋਸਤੋ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਨਵੀਂ ਇਨਫਾਰਮੇਸ਼ਨ ਲੈ ਕੇ ਦੁਬਾਰਾ ਜਨਾਬ ਦੀ ਖਿਦਮਤ ਹਾਜ਼ਰ ਆਵਾਂਗੇ ਸਾਨੂੰ ਅਗਲੇ ਵੀਡੀਓ ਤੱਕ ਇਜਾਜ਼ਤ ਦਿਓ ਅੱਲਾ ਹਫਜ਼